ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਇੰਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ PGT TGT ਭਰਤੀ 2024 ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ, ਜਿਸ ਦੇ ਵਿੱਚ ਵੱਖ ਵੱਖ ਵਿਸ਼ਿਆਂ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਪੰਜਾਬੀ, ਇੰਗਲਿਸ਼, ਸੰਗੀਤ, ਹਿੰਦੀ, ਪੋਲੀਟੀਕਲ ਸਾਇੰਸ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੋਏਗਾ ਤੁਸੀਂ 22/4/2024 ਇਸ ਦੀ ਲਾਸਟ ਡੇਟ ਹੈ। 18 ਤੋਂ 40 ਸਾਲ ਅਗਰ ਤੁਹਾਡੀ ਉਮਰ ਹੈ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਕਿਵੇਂ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਪੂਰੀ ਦੇਖਿਓ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਚੱਲਦੇ ਹੈ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਵੱਖ ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ। PGT ਪੋਲੀਟੀਕਲ ਸਾਇੰਸ ਦੀ ਪੋਸਟ ਆਊਟ ਕੀਤੀ ਗਈ ਹੈ, ਜਿਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਤੁਹਾਡੀ ਮੰਗੀ ਹੈ, ਤੁਹਾਡੀ ਕੰਸਰਨ ਸਬਜੈਕਟ ਦੇ ਨਾਲ ਵਿਦ 50% ਮਾਰਕਸ ਨਾਲ ਤੁਸੀਂ ਜਿਹੜਾ ਹੈਗਾ ਉਹ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੋਈ ਹੈ, ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਐਲੀਜੀਬਲ ਹੋ, ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਨੈਕਸਟ ਗੱਲ ਕਰੀਏ TGT ਦੀ, ਤੋਂ ਇੰਗਲਿਸ਼, ਪੰਜਾਬੀ ਅਤੇ ਹਿੰਦੀ ਦੀਆਂ TGT ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਗ੍ਰੈਜੂਏਸ਼ਨ ਮੰਗੀ ਹੈ ਤੁਹਾਡੀ ਵਿਦ BEd ਐਂਡ 50% ਮਾਰਕਸ ਨਾਲ ਤੁਸੀਂ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ, ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਨੈਕਸਟ ਗੱਲ ਕਰੀਏ ਤਾਂ TGT ਮਿਊਜ਼ਿਕ ਦੀ ਪੋਸਟ ਆਊਟ ਕੀਤੀ ਹੈ, ਜਿਸ ਦੇ ਵਿੱਚ ਗ੍ਰੈਜੂਏਸ਼ਨ ਤੁਹਾਡੀ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਦੁਆਰਾ ਜਿਹੜੀ ਹੈ ਉਹ ਮੰਗੀ ਗਈ ਹੈ। ਅਗਰ ਤੁਸੀਂ ਕਿਸ ਮਿਊਜ਼ਿਕ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਨੈਕਸਟ ਗੱਲ ਕਰੀਏ PRT ਦੀ ਪੋਸਟ ਹੈ, ਗ੍ਰੈਜੂਏਸ਼ਨ ਜਿਹੜੀ ਹੈ ਤੁਹਾਡੀ ਬੈਚੁਲਰ ਡਿਗਰੀ ਮੰਗੀ ਹੈ ਐਟਲੀਸਟ 50% ਮਾਰਕਸ ਨਾਲ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਦੁਆਰਾ, ਔਰ ਤੁਹਾਡੀ BEI 2 ਈਅਰ ਡਿਪਲੋਮਾ ਜਿਹੜਾ ਹੈਗਾ ਤੁਹਾਡਾ ਮੰਗਿਆ ਗਿਆ ਹੈਗਾ, ਔਰ ਵਿਦ BEd ਅਗਰ ਤੁਸੀਂ ਕੀਤੀ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਨੈਕਸਟ ਗੱਲ ਕਰੀਏ ਤਾਂ PRT ਆਰਟ ਐਂਡ ਕ੍ਰਾਫਟ ਦੀ ਪੋਸਟ ਹੈ, ਜਿਸ ਦੇ ਵਿੱਚ ਹਾਇਰ ਸੈਕੰਡਰੀ, ਇੰਟਰਮੀਡੀਏਟ, ਸੀਨੀਅਰ ਸੈਕੰਡਰੀ ਐਗਜ਼ਾਮੀਨੇਸ਼ਨ ਵਿਦ ਮਿਨੀਮਮ 4 ਈਅਰ ਫੁੱਲ ਟਾਈਮ ਡਿਪਲੋਮਾ ਅਗਰ ਤੁਸੀਂ ਕੀਤਾ ਹੈ ਪੇਂਟਿੰਗ ਦੇ ਵਿੱਚ, ਫਾਈਨ ਆਰਟ ਦੇ ਵਿੱਚ ਕਿਸੇ ਵੀ ਰੈਕੋਗਨਾਈਜ਼ ਇੰਸਟੀਚਿਊਟ ਦੁਆਰਾ, ਜਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਵਿਦ ਡਰਾਇੰਗ ਐਂਡ ਪੇਂਟਿੰਗ ਆਰਟ, ਫਾਈਨ ਆਰਟ ਦੇ ਵਿੱਚ ਮਿਨੀਮਮ 2 ਈਅਰ ਫੁੱਲ ਟਾਈਮ ਡਿਪਲੋਮਾ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਦੁਆਰਾ ਕੀਤਾ ਹੈ, ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਫਰਦਰ ਡਿਟੇਲ ਦੀ ਗੱਲ ਕਰੀਏ ਤਾਂ PRT ਦੀ ਪੋਸਟ ਜਿਹੜੀ ਹੈ ਉਹ ਆਊਟ ਕੀਤੀ ਹੈ ਬੈਚੁਲਰ ਡਿਗਰੀ, ਇਸ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਤੁਹਾਡੀ 50% ਮਾਰਕਸ ਨਾਲ ਅਗਰ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਹਾਡੀ ਮੈਕਸੀਮਮ ਏਜ ਜੋ ਇਹਨਾਂ ਨੇ ਮੰਗੀ ਹੈ ਫਰੈਸ਼ਰ ਕੈਂਡੀਡੇਟ ਦੇ ਲਈ 40 ਸਾਲ ਔਰ ਐਕਸਪੀਰੀਅੰਸ ਕੈਂਡੀਡੇਟ ਦੇ ਲਈ 57 ਈਅਰ ਜਿਹੜੀ ਹੈਗੀ ਆ ਉਹ ਏਜ ਇਹਨਾਂ ਨੇ ਮੰਗੀ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੈ, ਤੁਸੀਂ ਇਸ ਵੈਬਸਾਈਟ ਤੇ ਜਾ ਕੇ ਇਸ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਔਰ ਰੀਡ ਕਰਨ ਤੋਂ ਬਾਅਦ ਹੀ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਏਗਾ। 22/4/2024 ਇਸ ਦੀ ਲਾਸਟ ਡੇਟ ਹੈ। ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜਾ ਹੈਗਾ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੋਏਗਾ। ਤੁਸੀਂ ਇਸ ਦੇ ਲਈ ਜੋ ਫੀਸ ਸਬਮਿਟ ਕਰਵਾਉਣੀ ਹੋਏਗੀ, ਡਿਮਾਂਡ ਡਰਾਫਟ ਦੇ ਦੁਆਰਾ ਤੁਸੀਂ ਫੀਸ ਸਬਮਿਟ ਕਰਵਾਉਣੀ ਹੋਏਗੀ, 200 ਰੁਪਇਆ ਫੀ ਹੈ ਔਰ ਇਹ ਫੇਵਰ ਆਫ ਆਰਮੀ ਪਬਲਿਕ ਸਕੂਲ ਟਿਬਰੀ ਪੇਏਬਲ ਐਟ ਟਿਬਰੀ ਗੁਰਦਾਸਪੁਰ ਦੇ ਲਈ ਤੁਸੀਂ ਇੱਕ ਡਿਮਾਂਡ ਡਰਾਫਟ ਜਿਹੜਾ ਹੈਗਾ ਉਹ ਤਿਆਰ ਕਰਨਾ ਹੋਏਗਾ ਔਰ ਇਹ ਸੈਂਡ ਕਰਨਾ ਹੋਏਗਾ ਆਰਮੀ ਪਬਲਿਕ ਸਕੂਲ ਟਿਬਰੀ
ਨੂੰ। ਔਰ ਉਸ ਤੋਂ ਬਾਅਦ ਇਸ ਦੀ ਇੰਟਰਵਿਊ ਹੋਏਗੀ ਆਰਮੀ ਪਬਲਿਕ ਸਕੂਲ ਟਿਬਰੀ ਕੈਂਟ ਗੁਰਦਾਸਪੁਰ ਦੇ ਵਿੱਚ ਹੀ ਇਸ ਦੀ ਇੰਟਰਵਿਊ ਜਿਹੜੀ ਆ ਤੁਹਾਡੀ ਰਹਿਣ ਵਾਲੀ ਹੈ। ਇਸ ਦੇ ਵਿੱਚ ਤੁਹਾਨੂੰ ਇੰਟਰਵਿਊ ਦੇ ਲਈ ਕੋਈ TDA ਜਿਹੜਾ ਉਹ ਨਹੀਂ ਦਿੱਤਾ ਜਾਏਗਾ। ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਇਹ ਪੋਸਟਾਂ ਜਿਹੜੀਆਂ ਨੇ ਉਹ ਟੀਚਿੰਗ ਸਟਾਫ ਦੀਆਂ ਪੋਸਟਾਂ ਨੇ ਆਰਮੀ ਆਰਮੀ ਪਬਲਿਕ ਸਕੂਲ ਟਿਬਰੀ ਮਿਲ ਸਟੇਸ਼ਨ ਗੁਰਦਾਸਪੁਰ ਦੀਆਂ। ਅਗਰ ਗੱਲ ਕਰੀਏ ਕਿ ਤੁਸੀਂ ਇਹ ਪੋਸਟਾਂ ਜਿਹੜੀਆਂ ਉਹ ਅਪਲਾਈ ਕਿਵੇਂ ਕਰਨੀਆਂ ਨੇ, ਤਾਂ ਇਸੇ ਹੀ ਨੋਟੀਫਿਕੇਸ਼ਨ ਦੇ ਨਾਲ ਇਹਨਾਂ ਨੇ ਇੱਕ ਪਰਫਾਰਮਾ ਜਿਹੜਾ ਹੈ ਉਹ ਆਪਣਾ ਅਟੈਚ ਕੀਤਾ। ਤੁਸੀਂ ਇਸ ਪਰਫਾਰਮੇ ਨੂੰ ਪੂਰਾ ਡਿਟੇਲ ਦੇ ਵਿੱਚ ਭਰ ਕੇ, ਪੂਰਾ ਸਹੀ ਅਤੇ ਸਟੀਕ ਜਾਣਕਾਰੀ ਭਰ ਕੇ ਤੁਸੀਂ ਜਿਹੜਾ ਹੈਗਾ ਸਬਮਿਟ ਜਿਹੜਾ ਹੈਗਾ ਉਹ ਕਰਵਾਉਣਾ ਹੋਏਗਾ। ਔਰ ਉਸ ਤੋਂ ਬਾਅਦ ਤੁਹਾਨੂੰ ਈਮੇਲ ਦੁਆਰਾ ਹੀ ਫਰਦਰ ਜਿਹੜੀ ਹੈਗੀ ਆ ਉਹ ਇਨਫੋਰਮੇਸ਼ਨ ਇਹਨਾਂ ਦੁਆਰਾ ਦਿੱਤੀ ਜਾਏਗੀ। ਤਾਂ ਇਹ ਸੀ ਆਰਮੀ ਸਕੂਲ ਦੀਆਂ ਪੋਸਟਾਂ, ਕਾਫੀ ਅੱਛੀਆਂ ਪੋਸਟਾਂ ਨੇ। ਕੋਈ ਕੈਂਡੀਡੇਟ ਅਗਰ ਅਪਲਾਈ ਕਰਨਾ ਚਾਹੁੰਦਾ ਔਰ ਇਹਨਾਂ ਦੀ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਉਸਨੂੰ ਫੁਲਫਿਲ ਕਰਦਾ, ਤਾਂ ਜ਼ਰੂਰ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।